ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜੀ ਬਾਦਲਾ ਵਰਕ ਦੇ ਸੂਟ ਲੈ ਕੇ ਆਏ ਹਾਂ। ਸੋ ਜਿਵੇਂ ਕਿ ਆਪਾਂ ਕਾਫੀ ਟਾਈਮ ਤੋਂ ਜਿਹੜੇ ਬਾਦਲਾ ਵਰਕ ਦੇ ਸੂਟ ਬਣਾ ਰਹੇ ਹਾਂ, ਸੋ ਇਹਦੀ ਡਿਜ਼ਾਇਨਿੰਗ ਵੀ ਆਪਣੇ ਕੋਲ ਕਾਫੀ, ਤੁਸੀਂ ਦੇਖਦੇ ਹੋਵੋਗੇ ਕਿ ਕਾਫੀ ਜਿਵੇਂ ਅਸੀਂ ਡਿਜ਼ਾਇਨਿੰਗ ਕਾਫੀ ਸੂਟਸ ਦੇ ਵਿੱਚ, ਅਸੀਂ ਪਾਰਟੀ ਵੇਅਰ ਸੂਟਸ ਦੇ ਵਿੱਚ ਜਿਹੜੀ ਡਿਜ਼ਾਇਨਿੰਗ ਇਹਦੀ ਬਾਦਲਾ ਵਰਕ ਦੀ ਕੀਤੀ ਹੋਈ ਹੈ, ਹੈਵੀ ਵੀ ਹੈ ਹਲਕੇ ਵੀ ਹੈ। ਸੋ ਇਹ ਜਿਹੜਾ ਥਰੈਡ ਹੈਗਾ ਜੀ, ਇਹ ਤਿੱਲੇ ਦੇ ਅਕੋਰਡਿੰਗ ਹੀ ਬਾਦਲਾ ਵਰਕ ਹੁੰਦਾ, ਜਿਸ ਤਰ੍ਹਾਂ ਤਿੱਲਾ ਹੁੰਦਾ, ਪਰ ਇਹਦੀ ਸ਼ਾਈਨ ਜ਼ਿਆਦਾ ਹੁੰਦੀ ਹੈ, ਥੋੜ੍ਹਾ ਸੌਫਟ ਹੁੰਦਾ। ਵੇਅਰ ਕਰਨ ਦੇ ਵਿੱਚ ਬਹੁਤ ਹੀ ਜਿਹੜਾ ਇਹ ਸੌਫਟ ਹੈ, ਕਿਉਂਕਿ ਜਿਹੜਾ ਜੇ ਅਸੀਂ ਤਿੱਲੇ ਦਾ ਵਰਕ ਕਰਦੇ ਹਾਂ ਸੋ ਥੋੜ੍ਹਾ ਸਟੱਫ ਆ ਹਾਰਡ ਹੋ ਜਾਂਦਾ। ਸੋ ਜੋ ਕਿ ਬਹੁਤ ਠੀਕ ਨਹੀਂ ਲੱਗਦਾ, ਵੇਅਰ ਕੀਤਾ ਹੋਇਆ ਵੀ ਹਾਰਡ ਜਾਂ ਫਲਾਰ ਬਣ ਜਾਣਾ। ਸੋ ਜਦੋਂ ਤੁਸੀਂ ਸਟਿਚਿੰਗ ਕਰਦੇ ਹੋ ਉਹਦੇ ਅਕੋਰਡਿੰਗ ਵੀ ਸੈੱਟ ਨਹੀਂ ਆਉਂਦਾ। ਸੋ ਜਿਵੇਂ ਇਹ ਬਾਦਲਾ ਵਰਕ ਹੈ ਜੀ, ਇਹ ਤੁਸੀਂ ਸਾਰਾ ਜਿਵੇਂ ਫੁੱਲ ਹੈਵੀ ਸ਼ਰਟ ਵੀ ਵੇਅਰ ਕਰੋਗੇ ਤਾਂ ਬਹੁਤ ਹੀ ਸੌਫਟ ਹੈ, ਜਿਹੜਾ ਸਕਿਨ ਦੇ ਨਾਲ, ਜਿਹੜਾ ਸਕਿਨ ਫਰੈਂਡਲੀ ਆ, ਔਰ ਸਕਿਨ ਦੇ ਨਾਲ ਤੁਸੀਂ ਬਿਲਕੁਲ ਲੱਗਦਾ ਹੈਗਾ ਸੂਟ, ਜਿਵੇਂ ਉੱਠਿਆ ਉੱਠਿਆ ਨਹੀਂ ਮਹਿਸੂਸ ਹੁੰਦਾ। ਸੋ ਇਹ ਹੈਗਾ ਜੀ ਲਾਈਟ ਬੀਜ ਬੀਜ ਹੈ ਸ਼ੇਡ। ਸੋ ਇਹਦੇ ਵਿੱਚ ਵੀਡੀਓ ਦੇ ਵਿੱਚ ਕਾਫੀ ਲਾਈਟ ਆ ਰਿਹਾ। ਸੋ ਇਹ ਜਿਵੇਂ ਇਹਦਾ ਬੇਸਿਕਲੀ ਕਲਰ ਹੈ, ਇਹ ਕਲਰ ਤੁਸੀਂ ਸੋਚ ਸਕਦੇ ਹੋ, ਕਾਫੀ ਲਾਈਟ ਆ ਰਿਹਾ ਵੀਡੀਓ ਦੇ ਵਿੱਚ ਕਿਉਂਕਿ ਲਾਈਟਿੰਗ ਦੀ ਵਜ੍ਹਾ ਨਾਲ। ਸੋ ਇਹਦੇ ਵਿੱਚ ਅਸੀਂ ਸਾਰੇ ਦੇ ਵਿੱਚ ਇਸ ਤਰ੍ਹਾਂ ਬਾਦਲਾ ਵਰਕ ਕੀਤਾ ਹੋਇਆ, ਨਾਲ ਥਰੈਡ ਡਾਰਕ ਗ੍ਰੀਨ ਕਲਰ ਦਾ ਥਰੈਡ ਯੂਜ਼ ਕੀਤਾ ਹੋਇਆ। ਸੋ ਇਹਦੀ ਜਿਹੜੀ ਜਿਵੇਂ ਲੁੱਕ ਹੈ, ਵੀਡੀਓ 'ਚ ਇੰਨੀ ਕਲੀਅਰ ਨਹੀਂ ਆ ਰਹੀ ਜਿੰਨੀ ਕਲੀਅਰ ਇਹ ਸਾਨੂੰ ਲੱਗ ਰਹੀ ਹੈ। ਸੋ ਇਹ ਬਹੁਤ ਹੀ ਪਿਆਰਾ ਪੀਸ ਹੈ, ਇਹਦੇ ਨਾਲ ਦੁਪੱਟਾ ਤੁਸੀਂ ਬੋਟਲ ਗ੍ਰੀਨ ਵੀ ਕਰ ਸਕਦੇ ਹੋ, ਜਿਵੇਂ ਦੂਰ ਕਰੇ ਤੋਂ ਇਹ ਥੋੜ੍ਹਾ ਸਹੀ ਜਿਹੜੀ ਇਹਦੀ ਲੁੱਕ ਆ ਰਹੀ ਹੈ। ਇਸ ਤਰ੍ਹਾਂ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਹੈ, ਇਹਦਾ ਹੀ ਨੀਟ ਐਂਡ ਕਲੀਨ ਵਰਕ। ਇਸ ਤਰ੍ਹਾਂ ਇਹ ਦੇਖੋ ਜੀ, ਸਹੀ ਹੈ ਇਹ, ਬਿਲਕੁਲ ਕਲਰ ਵੀ ਸਹੀ ਆ ਰਿਹਾ ਵਿੱਚ ਵਿੱਚ, ਕਿਤੇ ਕਿਤੇ ਤੁਹਾਨੂੰ ਜਿਵੇਂ ਡਾਰਕ ਸ਼ੇਡ ਹੈ ਜਿਹੜਾ ਲੱਗ ਰਿਹਾ। ਸੋ ਇਹ ਸਾਰਾ ਸੂਟ ਹੈ ਜਿਹੜਾ ਫਰੰਟ ਹੈ, ਸਾਰਾ ਜਿਹੜਾ ਵਰਕ ਹੋਇਆ ਹੋਇਆ। ਸੋ ਬਹੁਤ ਹੀ ਪਿਆਰਾ ਜਿਹੜਾ ਇਹਦਾ ਕੰਸੈਪਟ ਹੈ, ਇਹ ਅਸੀਂ ਕਾਫੀ ਸ਼ੀਟਸ ਦੇ ਉੱਪਰ ਕੀਤਾ ਹੋਇਆ ਜੀ, ਤੁਸੀਂ ਦੇਖ ਸਕਦੇ ਹੋ ਲਾਸਟ ਵੀਡੀਓ। ਜਿਵੇਂ ਕੋਈ ਜੇ ਕੋਈ ਨਵਾਂ ਜੁੜਿਆ ਹੈਗਾ ਤਾਂ ਲਾਸਟ ਵੀਡੀਓਜ਼ ਦੇ ਵਿੱਚ ਜਿਵੇਂ ਤੁਸੀਂ ਜਾ ਕੇ ਦੇਖ ਸਕਦੇ ਹੋ। ਔਰ ਇਹ ਵਾਲਾ ਡਿਜ਼ਾਇਨ ਵੀ ਅਸੀਂ ਕਾਫੀ ਹੀ ਜਿਹੜਾ ਸੂਟਸ 'ਤੇ ਬਣਾ ਚੁੱਕੇ ਹਾਂ, ਇਹਦੇ ਨਾਲ ਨਾਲ ਦਾ ਥਰੈਡ ਲਾ ਕੇ ਅਸੀਂ ਵਿੱਚ ਵਰਕ ਕੀਤਾ ਹੋਇਆ ਉੱਪਰ ਤੱਕ ਇਹਦੇ ਸਾਰੇ ਸ਼ਰਟ ਦੇ ਵਿੱਚ ਇੰਬਰਾਇਡਰੀ ਆ। ਦੇਖੋ ਤੁਸੀਂ ਦੇਖ ਸਕਦੇ ਹੋਵੋਗੇ ਸੂਟ ਦੀ ਜਿਹੜੀ ਫਾਲ ਹੈ, ਬਿਲਕੁਲ ਵੀ ਇਹ ਹਾਰਡ ਨਹੀਂ ਹੈਗਾ, ਸਾਰੇ ਸੂਟ ਦੇ ਉੱਪਰ ਇਹਦੇ ਵਰਕ ਹੈ, ਬਿਲਕੁਲ ਸੌਫਟ ਇਹ ਬਾਦਲਾ ਹੁੰਦਾ ਜੀ। ਇਹਦੇ ਨਾਲ ਬਹੁਤ ਹੀ ਸੌਫਟ ਜਿਹਾ ਜਿਹੜਾ ਸੂਟ ਦੇ ਉੱਪਰ ਤੁਹਾਨੂੰ ਵੇਅਰ ਕਰਨ ਵਾਈਜ਼ ਬਿਲਕੁਲ ਵੀ ਤੰਗ ਨਹੀਂ ਹੋਊਗਾ ਕੈਰੀ ਕਰਨ ਵਾਈਜ਼, ਔਰ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਬਹੁਤ ਹੀ ਇਹਦੀ ਜਿਹੜੀ ਲੁੱਕ ਹੈ ਉਹ ਕਾਫੀ ਹੈਵੀ ਆਊਗੀ। ਇਸ ਤਰ੍ਹਾਂ ਬਾਜੂ 'ਤੇ ਡਿਜ਼ਾਇਨਿੰਗ ਹੈ ਜੀ ਦੀ। ਔਰ ਨੈਕਸਟ ਹੈਗਾ ਜੀ ਬਾਦਲਾ ਵਰਕ ਦਾ ਹੀ ਪੀਕੋਕ ਸ਼ੇਡ ਦੇ ਉੱਪਰ, ਇਹ ਅਸੀਂ ਕਾਫੀ ਹੈਵੀ ਦੁਪੱਟੇ ਨਾਲ ਵੀ ਬਣਾਉਂਦੇ ਹਾਂ, ਪਰ ਕਸਟਮਰ ਦੀ ਚੋਇਸ ਸੀ ਕਿ ਸਾਨੂੰ ਜਿਹੜਾ ਇਹ ਬਿਲਕੁਲ ਹਲਕੇ ਜਿਹੜਾ ਸੂਟ 'ਤੇ ਇੰਬਰਾਇਡਰੀ ਚਾਹੀਦੀ ਹੈਗੀ ਹੈ ਸ਼ਰਟ 'ਤੇ, ਦੁਪੱਟਾ ਅਸੀਂ ਇਹਦੇ ਨਾਲ ਸਿੰਪਲ ਚਨੋਨ ਕਰਨਾ ਹੈਗਾ। ਸੋ ਉਹਦੀ ਪ੍ਰਾਈਜ਼ ਹੈ ਜਿਵੇਂ ਅਲੱਗ ਹੋ ਗਈ ਜੀ, ਦੁਪੱਟੇ 'ਤੇ ਇਹਦੇ ਕਾਫੀ ਕੰਮ ਸੀ ਜਦੋਂ ਹੈਵੀ, ਤੁਸੀਂ ਇੰਸਟਾ 'ਤੇ ਵੀ ਜਾ ਕੇ ਦੇਖ ਸਕਦੇ ਹੋ, ਅਗਰ ਕੋਈ ਤੁਸੀਂ ਨਵੇਂ ਜੁੜੇ ਹੋ ਤਾਂ ਇੰਸਟਾ 'ਤੇ ਜਾ ਕੇ ਆਪਣਾ ਅਕਾਊਂਟ 'ਤੇ ਚੈੱਕ ਕਰ ਸਕਦੇ ਹੋ। ਇਸ ਤਰ੍ਹਾਂ ਦੇ ਇਹਦੇ ਹੈਵੀ ਦੁਪੱਟੇ ਨਾਲ ਆਪਾਂ ਇਹਨੂੰ ਬਣਾਇਆ ਹੋਇਆ। ਸੋ ਇਹ ਬਹੁਤ ਹੀ ਪਿਆਰਾ, ਇਹ ਵੀ ਬਾਦਲਾ ਵਰਕ ਹੈ, ਗੋਟਾ ਵਰਕ ਹੈ, ਬਾਦਲਾ ਵਰਕ ਹੈ। ਸੋ ਇਹਦੀ ਬਹੁਤ ਹੀ ਪਿਆਰੀ ਲੁੱਕ ਆਈ ਹੋਈ ਹੈ ਜੀ, ਦੇਖੋ ਇਸ ਤਰ੍ਹਾਂ, ਇਸ ਤਰ੍ਹਾਂ ਬਾਜੂ ਹੈ ਜੀ ਇਹਦੇ। ਇਹਨਾਂ ਦੇ ਦੁਪੱਟਿਆਂ ਦੇ ਨਾਲ ਜੀ ਜਿਵੇਂ ਕਿ ਇਹ ਅੱਜ ਚਲੇ ਜਾਣੇ ਆ ਸੂਟ ਸਾਰੇ, ਸੋ ਨਾਲ ਦੇ ਨਾਲ ਦੁਪੱਟੇ ਆ ਜਿਹੜੇ ਰੈਡੀ ਹੋ ਰਹੇ ਆ, ਫਿਰ ਜਦੋਂ ਦੁਪੱਟੇ ਰੈਡੀ ਹੋ ਕੇ ਆਉਂਦੇ ਆ ਉਹਦੀ ਸਪੋਟ ਆ, ਜਿਹੜਾ ਇਹ ਵੀਡੀਓ ਬਣਾਉਣੀ ਪੋਸੀਬਲ ਨਹੀਂ ਹੁੰਦੀ। ਦੁਪੱਟੇ ਤੁਸੀਂ ਮੇਰੇ ਕਾਫੀ ਵੀਡੀਓਜ਼ ਦੇ ਵਿੱਚ ਦੇਖੇ ਹੋਏ ਆ, ਅਗਰ ਚਨੋਣ ਕਰਦੇ ਹੋ ਤਾਂ ਚਨੋਣ ਅਸੀਂ ਜਿਵੇਂ ਦੋ ਦੋ ਤਿੰਨ ਤਿੰਨ ਲੇਸਿਸ ਲਾ ਕੇ ਉਹਨਾਂ ਨੂੰ ਬਹੁਤ ਸੋਹਣਾ ਫਿਨਿਸ਼ ਕਰਦੇ ਹਾਂ। ਸੋ ਇਹ ਵੀ ਆਪਾਂ ਉਸੇ ਤਰ੍ਹਾਂ, ਇਹਦਾ ਦੁਪੱਟਾ ਵੀ ਉਸੇ ਤਰ੍ਹਾਂ ਹੀ ਬਣਾਇਆ ਹੈਗਾ। ਔਰ ਨੈਕਸਟ ਹੈਗਾ ਜੀ ਹੈਂਡ ਵਰਕ ਦਾ ਸੂਟ, ਸੋ ਇਹ ਵੀ ਜਾ ਰਿਹਾ ਸੀ, ਮੈਂ ਤੁਹਾਨੂੰ ਦਿਖਾ ਰਹੀ ਹਾਂ। ਲਾਈਟ ਪਰਪਲ ਸ਼ੇਡ ਦੇ ਉੱਪਰ ਹੈਂਡ ਵਰਕ ਦਾ ਪੀਸ ਹੈ, ਇਹ ਬਹੁਤ ਹੀ ਹੈਵੀ ਹੈਂਡ ਵਰਕ ਦਾ ਪੀਸ ਹੈ।
सो उपर ताके दे जड़ी फुल एम्ब्रॉयडरी कीती हुई है इस तरह इदी लुक है। बहुत ही प्यारा जहा इहदा कंसैप्ट है। सो इहदे नाल उन्होंने प्लाजो बनाया हैगा और प्लाजो दे इस तरह असीं लेस दित्ती हुई है जी, इस तरह प्लाजो ते लेस दित्ती हुई है। और इहदे नाल दुपट्टा तुसीं देख सकदे हो जिवें कि असीं मैं दुपट्टे की गल कर रही थी, इस तरह मल्टी जो नाल असी कलरफुल चंपा दे के उपर गोल्डन लेस की हुई है, क्योंकि ज़्यादा ब्रॉड जी लेसिस का ट्रेंड नहीं है। जिमें कि ये जे कलर आए हुए है सिप्पी दे उही कलर आ जोड़ा असी चंपा दे यूज़ किया हो। सो ये लुक है जी बहुत ही एलीगेंट बनती है, इस तरह जिमें दुपट्टे फिनिश करते हो बहुत हार्ड हार्ड या जिहड़ियां ब्रीक लेसिस आ जिवें कई हल्कियां लेसिस हुंदियां जिहड़ियां चीप प्राइजिस दे विच हुंदियां वो बहुत हार्ड हुंदियां। सो साढ़े तुसीं कोई भी जे अगर किसी ने ऑर्डर किए आ या करने आ तुसीं चैक कर सकते हो, जिन्हां दे गए भी हुए है तो बहुत ही सॉफ्ट लेसिस होणगे। सो इन्हां दी जिहड़ी प्राइस हैगी आ उस तरह ही ये इंपोर्टेड लेसिस भी हुंदियां, ये बिल्कुल सॉफ्ट जिवें दुपट्टे की फॉल हैगी उस दुपट्टे के अकॉर्डिंग ही तुहाडे जिहड़े सिर के उपर अगर तुसीं लैणा तां बिल्कुल बहुत सोहनी फॉल आएगी जी। हार्ड लेसिस तुसीं लगाओगे सस्ती जरूर मिल जाती है, हार्ड लेसिस लगाओगे तो तुहाडे सिर के उपर आ जिहड़ी खड़ी खड़ी रहेगी। सो ये फर्क हुंदा जी असली और नकली दे विच, क्योंकि सारे तरह दे जिहड़ा बाजार दे विच स्टाफ और लेसिस हर एक चीज़ है जिहड़ी अवेलेबल आ। सो कॉस्ट दे विच बहुत फर्क हो जाता, फिनिशिंग दे विच बहुत फर्क हो जाता, असीं जिवें भी फिनिश करते हैं। सो तुहानूं पता है तुहाडे नाल हर एक सूट जिहड़ा शेयर करन दा मतलब ही इह है कि तुहानूं पता लग सके असीं ऑर्डर दे सूट किवें कंप्लीट करते हैं। सो जी इस तरह आपां तुहाडे नाल नवें नवें जिहड़े डिजाइनिंग लै के आउंदे रहांगे। सो बने रहो मेरे चैनल बी स्टाइलिश ते। वीडियो वॉच करन लई बहुत बहुत थैंक यू जी, थैंक यू सो मच।